निकी ने ही रखड़ी लगे नहीं फोन आया सी तैनू ओदा नहीं मैं तो वैसे ही पहुंचदा अगे दो दिन पहला आ जांदी रखड़ी बनन ऐतकी आई नहीं चल कोई गल नहीं हजे रखड़े चक दो दिन पए है हो सकदा कल नूं आ जाए ओ मैनूं लगदा कुदर रखड़ी बनूगा ऐतकी तैनू तो पता होना ही है कितना जो तेरियां कदे किसे दी कुड़ी नूं धी बना लिया कदे किसे दी कुड़ी नूं धी बना लिया सारा घर लुटा के रखता मैं तो धियां बना के उन्होंने कुछ खोया ही है मैं तो खाधा तो नहीं कुछ जो खा के हराम कर गया दस च मेरा की कसूर है नाले जीते मेरी गल सुन तू बापू दे क्यों गल पैना जो बापू का खा के हराम कर गया उन्होंने वह तो पैसा लवाता बेईमान हो गया ये बापू का की कसूर है ना होर की कसूर है ओ बापू यार हुण आपां की करिए पहला आपां मासी दी कुड़ी रखिया उन्हें पढ़ाया लिखाया कोर्स कराया फिर वह ब्याह कराया ब्याह करा के पहले तो रखड़ी बनती सी जो ब्याह होया फिर उन्हें अपन पूछा ही नहीं फिर आप भूआ की कुड़ी लिया उन्होंने पढ़ाया लिखाया कोर्स कराया जो आप पैरा सर खड़ी होगी वह भी टूए तलात मार गई पुत्रा बगानिया धियां ऐ कितें बन दें मेरे ता के नाल जमे खड़ा छड़ गए पुत्रा तो दुनिया तो यह भी है कि फिर कोई नहीं पुछता कि हो जाए सुन ला गल ਭੂਆ ਕਹਿੰਦੀ 2.5 ਲੱਖ ਰੁਪਇਆ ਦੇ ਦਿਓ ਮੈਨੂੰ ਤੇ ਤੁਹਾਨੂੰ ਕੈਨੇਡਾ ਦਾ ਰਿਸ਼ਤਾ ਕਰਾਉਂਗੀ ਕੈਨੇਡਾ ਦਾ ਰਿਸ਼ਤਾ ਉਹ ਕਿਹਨੂੰ ਤੈਨੂੰ ਹੋਰ ਕਿਹਨੂੰ ਭੂਆ ਕਹਿੰਦੀ ਸੀ ਕੈਨੇਡਾ ਤੋਂ ਕੁੜੀ ਲਿਆ ਕੇ ਦੇਊਂਗੀ ਤੇ ਵੱਡੇ ਸਿਆਣੇ ਨੇ 2.5 ਲੱਖ ਰੁਪਇਆ ਉਹਦੀ ਭੈਣ ਨੂੰ ਦੇਤਾ ਉਹ ਵੀ 2.5 ਲੱਖ ਲੈ ਕੇ ਆ ਗਈ ਸਾਡੇ ਵਿਆਹ ਕਰਾਉਂਦਾ ਆਪਦੇ ਗੁੱਟ ਤੋਂ ਰੱਖੜੀ ਬਣਾਉਣ ਵੀ ਗਿਆ ਵੱਡਾ ਸਿਆਣਾ ਵਾਹ ਤੇਰੇ ਬਾਪੂ ਓਏ ਹੁਣ ਤੂੰ ਬਾਪੂ ਨੂੰ ਕੋ ਤਾਨੇ ਮਾਰੀ ਜਾਂਦਾ ਇਹ ਕੀ ਕਰੇ ਵਿਚਾਰਾ ਹੋਰ ਕਿਹਨੂੰ ਤਾਨੇ ਮਾਰਾਂ ਸਾਰੀ ਉਮਰ ਦੀ ਨੌਕਰੀ ਕੀਤੀ ਬਾਪੂ ਨੇ ਆਪਦੇ ਭੈਣ ਭਰਾਵਾਂ ਨੂੰ ਖਵਾਤੀ ਹੁਣ ਅਗਲੇ ਕਹਿੰਦੇ ਸਾਨੂੰ ਕੀ ਦਿੱਤਾ ਸਾਰਾ ਕੁਛ ਉਹਨਾਂ ਨੂੰ ਖਵਾਤਾ ਅਸੀਂ ਡਬ ਡਬ ਵੱਜਦੇ ਫਿਰਦੇ ਹਾਂ ਨਾ ਕੋਈ ਸਾਨੂੰ ਰਿਸ਼ਤਾ ਕਰਦਾ ਨਾ ਕੋਈ ਸਾਡੇ ਰੱਖੜੀ ਬੰਨਣ ਆਉਂਦਾ ਵਿਆਹ ਤਾਂ ਕਿਸਮਤ ਨਾਲ ਹੁੰਦੇ ਆ ਕੋਈ ਗੱਲ ਨਹੀਂ ਆਈ ਜ਼ਿੰਦਗੀ ਨਿਕਲ ਜੂ ਤੁਹਾਨੂੰ ਕੀ ਆ ਹੱਥ ਤਾਂ ਮੇਰੇ ਸੜਦੇ ਆ ਨਾ ਰੋਟੀਆਂ ਲਾਉਂਦੇ ਤੇ ਹੁਣ ਕੀ ਮੈਂ ਮਰ ਜਾ ਜੇ ਮੈਨੂੰ ਆਪਣੇ ਮੇਰੇ ਧੋਖਾ ਦੇ ਗਏ ਮੈਂ ਕੀ ਫਾਹ ਲੈਣਾ ਹੁਣ ਗੱਲ ਰੱਖੜੀ ਦੀ ਹੈ ਤੂੰ ਮੇਰੇ ਤੇ ਐਵੇਂ ਚੜੀ ਜਾਂਦਾ ਨਾਲੇ ਨੇ ਧਾਗਿਆਂ ਨੇ ਦੱਸਤੇ ਨੇ ਤੇ ਆਪਣੇ ਦਿਨਾਂ 'ਚ ਪਿਆਰ ਹੋਣਾ ਚਾਹੀਦਾ ਓਏ ਲੈ ਰੱਖੜੀ ਬੰਨਣ ਦਾ ਤਰੀਕਾ ਤਾਂ ਮਿਲ ਗਿਆ ਉਹ ਹੁਣ ਤੂੰ ਹੋਰ ਤਾਂ ਨਹੀਂ ਕਿਸੇ ਚਾਚੇ ਦੀ ਕੁੜੀ ਨੂੰ ਭੈਣ ਬਣਾ ਕੇ ਰੱਖੜੀ ਬਣਾਉਣ ਨੂੰ ਫਿਰਦਾ ਮੇਰੇ ਬੰਨੇ ਹੱਥ ਉੱਡ ਮੁਰੇ ਹੁਣ ਨਾ ਕਿਸੇ ਕੁੜੀ ਨੂੰ ਭੈਣ ਬਣਾਇਓ ਉਹਨੇ ਵੀ ਖਾ ਕੇ ਤੁਹਾਡੀ ਹੋਏ ਲਾਤੀ ਮਾਰਨੀ ਹੈ ਵੇਖਿਆ ਬਾਪੂ ਕਿੰਨਾ ਸਿਆਣਾ ਹੋ ਗਿਆ ਮੇਰੇ ਕੋਲ ਇੱਕ ਆਈਡੀਆ ਚਾਹੀਦਾ ਹੈਗਾ ਦੱਸੀ ਨਹੀਂ ਰਹਿਣ ਦੇ ਦੇਖ ਬਾਪੂ ਤੂੰ ਸਾਨੂੰ ਪੜ੍ਹਾਇਆ ਲਿਖਾਇਆ ਹਾਂ ਬਿਲਕੁਲ ਪਾਲਿਆ ਛੜੇ ਵੀ ਤਾਂ ਇਹਦੀ ਵਜ੍ਹਾ ਨਾਲ ਹੀ ਆ ਉਹ ਯਾਰ ਮੇਰੀ ਪੂਰੀ ਗੱਲ ਤਾਂ ਸੁਣ ਲਾ ਐਵੇਂ ਭਕਾਈ ਮਾਰੀ ਜਾਂਦਾ ਚੱਲ ਤੂੰ ਗੱਲ ਦੱਸ ਯਾਰ ਇਹਨੂੰ ਕੀ ਹੈ ਇਹਨੇ ਤਾਂ ਬੋਲੂ ਹੀ ਜਾਣਾ ਇਹਨੂੰ ਕਿਉਂ ਭਕਾਈ ਮਾਰੀ ਜਾਣ ਦੇ ਦੇਖ ਬਾਪੂ ਤੂੰ ਸਾਨੂੰ ਪਾਲਿਆ ਪੜੋਸਿਆ ਅਤੇ ਸਾਡੀਆਂ ਭੈਣਾਂ ਬਣਾਉਣ ਦੇ ਲਈ ਤੂੰ ਚਾਚੇ ਦੀ ਕੁੜੀ ਮਾਮੇ ਦੀ ਕੁੜੀ ਅਤੇ ਮਾਸੀ ਦੀ ਕੁੜੀ ਉਹਨਾਂ ਨੂੰ ਰੱਖਿਆ ਤਾਂ ਜੋ ਸਾਡੇ ਰੱਖੜੀ ਬੰਨਣ ਅਤੇ ਹੁਣ ਜਦੋਂ ਰੱਖੜੀਆਂ ਬੰਨਣ ਦੀ ਵਾਰੀ ਆਈ ਤਾਂ ਕੋਈ ਵੀ ਨਹੀਂ ਆਇਆ ਅਸਲੀ ਗੱਲ ਸਮਝਾ ਸਾਨੂੰ ਉਹ ਬਾਈ ਅਸਲ ਗੱਲ ਇਹ ਹੈ ਕਿ ਬਾਪੂ ਨੇ ਆਪਾਂ ਨੂੰ ਪਾਲ ਪੁੱਸ ਕੇ ਵੱਡੇ ਕੀਤਾ ਅਤੇ ਬਾਪੂ ਨੇ ਸਾਰੀ ਉਮਰ ਆਪਣੇ ਲਈ ਗਾਲਤੀ ਨਿੱਕੇ ਹੁੰਦੇ ਨੇ ਆਪਣੀ ਮਾਂ ਮਰ ਗਈ ਅਤੇ ਮੈਂ ਕਹਿੰਦਾ ਸੀ ਵੀ ਆਪਾਂ ਰੱਖੜੀ ਵੀ ਬਾਪੂ ਦੀ ਬਣਾ ਲੈਂਦੇ ਬਾਈ ਗੱਲ ਤਾਂ ਤੇਰੀ 16 ਨੇ ਸੱਚੀ ਆ ਜਦੋਂ ਬਾਪੂ ਨੇ ਸਾਡੇ ਲਈ ਇੰਨਾ ਕੁਛ ਕੀਤਾ ਤਾਂ ਰੱਖੜੀ ਬਣਾਉਣ ਲਈ ਅਸੀਂ ਲੋਕਾਂ ਦੀਆਂ ਕੁੜੀਆਂ ਦੀਆਂ ਮਿਹਨਤਾਂ ਕਿਉਂ ਕਰੀਏ ਰੱਖੜੀ ਵੀ ਬਾਪੂ ਤੋਂ ਬਣਾ ਲੈਂਦੇ ਹਾਂ ਚੱਲ ਬਾਪੂ ਬੰਨਦੇ ਸਾਡੇ ਰੱਖੜੀ ਗੱਲ ਤਾਂ ਪਰ ਠੀਕ ਹੈ ਆਪਾਂ ਰੱਖੜੀਆਂ ਬਣਾਉਣ ਚੱਕਰ 'ਚ ਆਪਾਂ ਘਰ ਟਾਉਂਦੇ ਰਹੇ ਨਾਲੇ ਕੁੜੀਆਂ ਆਪਣੇ ਅਹਿਸਾਨ ਕਰਦੀਆਂ ਸੀ ਕਿ ਅਸੀਂ ਤੁਹਾਡੇ ਰੱਖੜੀਆਂ ਬੰਨ ਲਾਉਣੀਆਂ ਬਾਪੂ ਪਹਿਲਾਂ ਮੇਰੇ ਰੱਖੜੀ ਬੰਨੀ ਹਾਏ ਓਏ ਕਿੰਨਾ ਨਜ਼ਾਰਾ ਆਊਗਾ ਜਦੋਂ ਬਾਪੂ ਰੱਖੜੀ ਬੰਨੂਗਾ ਤਾਂ ਮੈਂ 100 ਰੁਪਇਆ ਦੇਊਂਗਾ ਬਾਪੂ ਤੂੰ ਹੀ ਸਾਡੀ ਵੱਡੀ ਭੈਣ ਹੈ ਅਤੇ ਤੂੰ ਹੀ ਸਾਡੀ ਮਾਂ ਹੈ ਚਾਹ ਜੀ ਕਿਆ ਚਰਨੇ ਦੀ ਦੁਕਾਨ ਤੋਂ ਰੱਖੜੀਆਂ ਫੜ ਕੇ ਲਿਆ ਬਾਪੂ ਦੇ 500 ਰੁਪਇਆ ਜੀ ਤੈਨੂੰ ਨਾਲੇ ਗੱਲ ਸੁਣ ਰੱਖੜੀਆਂ ਵਧੀਆ ਲੈ ਕੇ ਆਈ ਵਧੀਆ ਹੀ ਲੈ ਕੇ ਆਊਂਗਾ ਸਾਲ ਬਾਅਦ ਬੰਨਣੀ ਆ ਤੇ ਹੋਰ ਇੰਨੇ ਟਾਈਮ ਬਾਅਦ ਤਾਂ ਆਏ ਖੁਸ਼ੀਆਂ ਦਾ ਦਿਨ ਆਇਆ ਜਾ ਭਰਾ ਵੱਜ ਗਿਆ ਚੱਲ ਠੀਕ ਆ ਮੈਂ ਹੁਣੇ ਆ ਗਿਆ ਨਾਲੇ ਨਾ ਜਿੱਤਿਆ ਲੱਡੂਆਂ ਡੱਬਾ ਫੜ ਲਈ ਓਏ ਸੰਦੂਰ ਦੀ ਡੱਬੀ ਵੀ ਲੈ ਆਈ ਠੀਕ ਆ ਬਾਪੂ ਤਿਲਕ ਲਾਊਗਾ
ਲਿਆ ਬਾਪੂ ਤੇਰੇ ਰੱਖਣੀ ਮੈਂ ਬੰਨਾ ਤੇ ਆਪਣੀ ਛੋਟੀ ਭੈਣ ਸਮਝ ਕੇ ਮੈਨੂੰ ਆਸ਼ੀਰਵਾਦ ਦੇ ਦੀ। ਬਾਪੂ ਮੈਂ ਵੀ ਲੱਡੂ ਪਵਾ ਦਿਆਂ। ਬਾਪੂ ਮੈਨੂੰ ਵੀ ਛੋਟੀ ਭੈਣ ਸਮਝ ਕੇ ਆਸ਼ੀਰਵਾਦ ਦੇ ਦੇ। ਪੁੱਤਰੋ ਆਪਾਂ ਤਾਂ ਰੱਖੜੀ ਦਾ ਤਿਉਹਾਰ ਖੁਸ਼ੀ ਨਾਲ ਮਨਾ ਲਿਆ, ਪਰ ਜਿਹੜੇ ਲੋਕ ਧੀਆਂ ਨੂੰ ਘਰਾਂ 'ਚ ਮਾਰ ਰਹੇ ਆ ਜਾਂ ਜਨਮ ਨਹੀਂ ਲੈਣ ਦਿੰਦੇ, ਉਹਨਾਂ ਦਾ ਕੀ ਬਣ ਜਿਹੜੇ ਇਕੱਲੇ ਇਕੱਲੇ ਪੁੱਤ ਰੱਖਦੇ ਆ। ਬਾਪੂ ਜਿਵੇਂ ਆਪਾਂ ਰੱਖੜੀ ਦਾ ਤਿਉਹਾਰ ਮਨਾਉਣ ਵਾਸਤੇ ਕਾਢ ਕੱਢ ਲਈ, ਉਹ ਵੀ ਐਂ ਕੋਈ ਨਾ ਕੋਈ ਕਾਢ ਕੱਢ ਲੈਣਗੇ।